ਹਥਿਆਰਾਂ ਦੀ ਰਿਕਵਰੀ ਵਾਸਤੇ ਬਿਆਸ ਦੇ ਮੰਡ ਖੇਤਰ ਦੇ ਵਿੱਚ ਲੈ ਕੇ ਆਉਂਦੀ ਹੈ ਜਿੱਥੇ ਉਹਨਾਂ ਨੇ ਹਥਿਆਰ ਲੁਕਾਏ ਹੋਏ ਸੀਗੇ। ਤਾਂ ਉੱਥੇ ਜਦੋਂ ਪੁਲਿਸ ਲਿਜਾਂਦੀ ਹੈ ਤਾਂ ਗੈਂਗਸਟਰਾਂ ਨੇ ਬੜੀ ਚਲਾਕੀ ਦੇ ਨਾਲ ਆਪਣੇ ਹੱਥ ਜਿਹੜੇ ਹੈ ਉਹ ਪੁਲਿਸ ਦੇ ਕੋਲੋਂ ਛੁਡਾ ਕੇ ਅਤੇ ਜਿੱਥੇ ਹਥਿਆਰ ਲੁਕੋਏ ਸੀ ਉੱਥੋਂ ਹਥਿਆਰ ਚੱਕ ਲਏ ਔਰ ਚੱਕ ਕੇ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ ਔਰ ਪੁਲਿਸ ਨੇ ਜਦੋਂ ਬਚਾਅ ਦੇ ਵਿੱਚ ਜਵਾਬੀ ਕਾਰਵਾਈ ਕੀਤੀ, ਜਵਾਬੀ ਹਮਲਾ ਕੀਤਾ ਤਾਂ ਇੱਕ ਗੈਂਗਸਟਰ 'ਤੇ ਗੋਲੀ ਲੱਗਦੀ ਹੈ ਜਿਸਦਾ ਨਾਮ ਗੁਰਸ਼ਰਨ ਹੈ। ਮੌਕੇ 'ਤੇ ਹੀ ਗੈਂਗਸਟਰ ਢੇਰ ਹੋ ਜਾਂਦਾ ਹੈ। ਵੱਡਾ ਇਨਕਾਊਂਟਰ ਦੱਸਿਆ ਜਾ ਰਿਹਾ ਤਾਂ ਇੱਕ ਪਾਰਸ ਨਾਮਕ ਗੈਂਗਸਟਰ ਜਿਹੜਾ ਦੋ ਜਾਣਿਆਂ ਨੂੰ ਪੁਲਿਸ ਲੈ ਕੇ ਆਈ ਸੀਗੀ ਔਰ ਇੱਕ ਗੈਂਗਸਟਰ ਜਿਹੜਾ ਆ ਮੌਕੇ ਦਾ ਫਾਇਦਾ ਚੁੱਕ ਕੇ ਉਹਨੇ ਬਿਆਸ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਹੈ ਅਤੇ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ। ਉਹ ਫਰਾਰ ਦੱਸਿਆ ਜਾ ਰਿਹਾ, ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ। ਤਸਵੀਰਾਂ ਤੁਹਾਡੇ ਨਾਲ ਦਿਖਾ ਰਹੇ ਹਾਂ। ਸਠਿਆਲਾ ਦਾ ਰਹਿਣ ਵਾਲਾ ਸੀਗਾ ਇਹ ਸਾਬਕਾ ਸਰਪੰਚ ਅਤੇ ਆੜਤੀਆ ਗੁਰਦੀਪ ਸਿੰਘ ਗੋਖਾ, ਜਿਸਦਾ ਨਾਮ ਦੱਸਿਆ ਜਾ ਰਿਹਾ ਹੈ, ਔਰ ਦਾਣਾ ਮੰਡੀ ਦੇ ਵਿੱਚ ਹੀ ਗੋਲੀਆਂ ਮਾਰ ਕੇ ਇਸਦਾ ਕਤਲ ਕੀਤਾ ਗਿਆ ਸੀ ਬੀਤੇ ਦਿਨੀ। ਔਰ ਤਿੰਨ ਬਾਈਕ ਸਵਾਰ ਵਿਅਕਤੀ ਜਿਹੜੇ ਅਣਪਛਾਤੇ ਆਉਂਦੇ ਸੀ ਉਸ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ, ਉਹਨਾਂ ਤਿੰਨਾਂ ਜਾਣਿਆਂ ਨੂੰ ਗ੍ਰਿਫਤਾਰ ਕੀਤਾ। ਉਹ ਵੀ ਤੁਹਾਨੂੰ ਡਿਟੇਲ ਦੱਸ ਦਿੰਦੇ ਹਾਂ ਕਿ ਵੱਡੇ ਗੈਂਗਸਟਰ ਲੰਡਾ ਹਰੀਕੇ ਦੇ ਨਾਲ ਸੰਬੰਧ ਦੱਸੇ ਜਾ ਰਹੇ ਹੈ, ਉਹਨਾਂ ਦੀ ਹੀ ਗੈਂਗ ਦੇ ਨੇ। ਸਤਪ੍ਰੀਤ ਸਿੰਘ, ਨੁਸ਼ਹਿਰਾ, ਗੁਰਦੇਵ, ਜੱਸਲ ਗਰੁੱਪ ਦੇ ਬੰਦੇ ਇਹ ਦੱਸੇ ਜਾ ਰਹੇ ਨੇ। ਗੁਰਸ਼ਰਨ ਸਿੰਘ ਹੈ, ਪ੍ਰਵੀਨ ਹੈ ਅਤੇ ਪਾਰਸ ਹੈ। ਗੁਰਸ਼ਰਨ ਨੂੰ ਅਤੇ ਪਾਰਸ ਨੂੰ ਪੁਲਿਸ ਲੈ ਕੇ ਆਈ ਸੀਗੀ ਅੱਜ ਬਿਆਸ ਦੇ ਮੰਡ ਖੇਤਰ ਦੇ ਵਿੱਚ ਹਥਿਆਰਾਂ ਦੀ ਰਿਕਵਰੀ ਦੇ ਵਾਸਤੇ, ਕਿਉਂਕਿ ਇਹਨਾਂ ਨੇ ਹਥਿਆਰ ਉੱਥੇ ਲੁਕਾਏ ਹੋਏ ਸੀਗੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੇ ਵਿੱਚ। ਤਾਂ ਪੁਲਿਸ ਇਹਨਾਂ ਦੀ ਨਿਸ਼ਾਨਦੇਹੀ ਅਤੇ ਹਥਿਆਰਾਂ ਦੀ ਰਿਕਵਰੀ ਕਰਨ ਵਾਸਤੇ ਇਹਨਾਂ ਨੂੰ ਲੈ ਕੇ ਆਈ ਸੀ ਔਰ ਜਦੋਂ ਮੌਕੇ 'ਤੇ ਪਹੁੰਚਦੇ ਨੇ ਤਾਂ ਗੈਂਗਸਟਰਾਂ ਨੇ ਬੜੇ ਚਲਾਕੀ ਦੇ ਨਾਲ ਗੁਰਸ਼ਰਨ ਅਤੇ ਪਾਰਸ ਨੇ ਪੁਲਿਸ ਤੋਂ ਹੱਥ ਛੁਡਾਇਆ ਔਰ ਹੱਥ ਛੁਡਾ ਕੇ ਹਥਿਆਰ ਕਾਬੂ ਕਰਕੇ ਅਤੇ ਪੁਲਿਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਾਲਾਂਕਿ ਪੁਲਿਸ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਆਪਣਾ ਬਚਾਅ ਕੀਤਾ ਔਰ ਤੁਰੰਤ ਜਦੋਂ ਜਵਾਬੀ ਕਾਰਵਾਈ ਕੀਤੀ ਪੁਲਿਸ ਨੇ ਵੀ ਗੋਲੀਆਂ ਚਲਾਈਆਂ ਤਾਂ ਉਸ ਦੇ ਵਿੱਚ ਗੁਰਸ਼ਰਨ 'ਤੇ ਗੋਲੀਆਂ ਲੱਗੀਆਂ ਜਿਸ ਕਾਰਨ ਗੁਰਸ਼ਰਨ ਮੌਕੇ 'ਤੇ ਹੀ ਉਸਦੀ ਮੌਤ ਹੋ ਜਾਂਦੀ ਹੈ, ਮੌਕੇ 'ਤੇ ਢੇਰ ਹੋ ਜਾਂਦਾ ਹੈ। ਜਦਕਿ ਜਿਹੜਾ ਦੂਜਾ ਗੈਂਗਸਟਰ ਸੀ ਪਾਰਸ, ਉਹਨੇ ਬਿਆਸ ਦਰਿਆ ਦੇ ਵਿੱਚ ਹੀ ਛਾਲ ਮਾਰ ਦਿੱਤੀ, ਕਿਉਂਕਿ ਇੱਧਰ ਅਸੀਂ ਬਿਆਸ ਤੋਂ ਮੰਡ ਖੇਤਰ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਜੋਧੇ ਆਉਂਦਾ, ਬਤਾਲਾ ਆਉਂਦਾ, ਸ਼ੇਰੋ ਆਉਂਦਾ, ਬਾਲਸਰਾ ਆਉਂਦਾ, ਤਾਂ ਇਹ ਸਾਰਾ ਏਰੀਆ ਜਿਹੜਾ ਆ ਬਿਆਸ ਦਰਿਆ ਦਾ ਕੰਢੀ ਏਰੀਆ ਔਰ ਕੰਢੀ ਏਰੀਆ ਹੋਣ ਕਰਕੇ ਮੰਡ ਖੇਤਰ ਵੀ ਕੰਢੀ ਏਰੀਆ, ਨਾਲ ਹੀ ਬਿਆਸ ਦਰਿਆ ਹੈ। ਤਾਂ ਪਾਰਸ ਨੇ ਬਿਆਸ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਜਿੱਥੋਂ ਉਹ ਬਚ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ। ਪਰ DIG ਅੰਮ੍ਰਿਤਸਰ ਦਿਹਾਤੀ ਰੇਂਜ ਦਾ ਕਹਿਣਾ ਹੈ ਕਿ ਅਸੀਂ ਆਪਣੇ ਪੂਰੇ ਸੋਰਸਸ ਲਾ ਰਹੇ ਹਾਂ, ਛਾਣਬੀਣ ਕਰ ਰਹੇ ਹਾਂ, ਜਿਹੜਾ ਗੈਂਗਸਟਰ ਫਰਾਰ ਹੋਇਆ ਉਸਦੀ ਭਾਲ ਅਜੇ ਤੱਕ ਜਾਰੀ ਹੈ। ਤਾਂ ਬੀਤੇ ਦਿਨੀ ਆੜਤੀਏ ਦਾ ਅਤੇ ਪਿੰਡ ਦੇ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ। ਤਾਂ ਉਹਨਾਂ ਹੀ ਗੈਂਗਸਟਰਾਂ ਨੂੰ ਪੁਲਿਸ ਹਥਿਆਰਾਂ ਦੀ ਰਿਕਵਰੀ ਵਾਸਤੇ ਲੈ ਕੇ ਆਉਂਦੀ ਹੈ। ਤਾਂ ਹਥਿਆਰਾਂ ਦੀ ਰਿਕਵਰੀ ਦੇ ਵਾਸਤੇ ਜਦੋਂ ਲੈ ਕੇ ਆਇਆ ਜਾਂਦਾ ਹੈ ਤਾਂ ਗੈਂਗਸਟਰਾਂ ਨੇ ਹੱਥ ਛੁਡਾ ਕੇ ਪੁਲਿਸ ਤੋਂ, ਤਾਂ ਜਿੱਥੇ ਹਥਿਆਰ ਲੁਕੋਏ ਸੀ ਉਹੀ ਹਥਿਆਰ ਚੱਕ ਕੇ ਅਤੇ ਪੁਲਿਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਵੀ ਇੱਕ ਗੈਂਗਸਟਰ ਗੁਰਸ਼ਰਨ ਦਾ ਇਨਕਾਊਂਟਰ ਕਰ ਦਿੱਤਾ ਹੈ ਅਤੇ ਦੂਜਾ ਪਾਰਸ ਜਿਹੜਾ ਆ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ। ਉਸਨੇ ਬਿਆਸ ਦਰਿਆ ਦੇ ਵਿੱਚ ਛਾਲ ਮਾਰ ਕੇ ਅਤੇ ਭੱਜਣ ਲਈ ਉਹ ਕਾਮਯਾਬ ਹੋ ਗਿਆ। ਪੁਲਿਸ ਇਸ ਮਾਮਲੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਦੋਸ਼ੀ ਦੀ ਭਾਲ, ਗੈਂਗਸਟਰ ਦੀ ਭਾਲ ਕਰ ਰਹੀ ਹੈ।